ਗੁੱਡ ਮਾਰਨਿੰਗ ਸਟੂਡੈਂਟ ਪੀਤਾ ਜੀ ਅੱਜ ਅਸੀਂ ਕਰਾਂਗੇ ਚੈਪਟਰ 8 ਦੇ ਸ਼ੋਰਟ ਕੁਐਸਚਨ ਆਂਸਰ ਤੁਹਾਡਾ ਪਹਿਲਾ ਕੁਐਸਚਨ ਹੈ ਹਾਊ ਡਿਡ ਦ ਨਰੇਟਰ ਕੇਮ ਟੂ ਨਾਓ ਅਬਾਊਟ ਦ ਬੋਪਾ ਬਾੜ ਜਿਹੜਾ ਕਹਾਣੀਕਾਰ ਹੈ ਨਰੇਟਰ ਹੈ ਉਹਨੂੰ ਬੋਪਾ ਬਾੜ ਬਾਰੇ ਕਿਵੇਂ ਪਤਾ ਲੱਗਾ ਤੁਹਾਡਾ ਆਨਸਰ ਹੈ ਦ ਨਰੇਟਰ ਵਾਸ ਟੋਲਡ ਬਾਇ ਏ ਫੋਕਲੋਰਿਸਟ ਫੋਕਲੋਰਿਸਟ ਮਤਲਬ ਜਿਹੜੇ ਲੋਕ ਕਥਾ ਦੱਸਦੇ ਨੇ ਅਬਾਊਟ ਦਾ ਬੋਪਾ ਬਾਰਡ ਆਫ ਰਾਜਸਥਾਨ ਕਹਿੰਦੇ ਨੇ ਕਿ ਨਰੇਟਰ ਨੂੰ ਇੱਕ ਲੋਕ ਕਥਾਕਾਰ ਨੇ ਰਾਜਸਥਾਨ ਦੇ ਬੋਪਾ ਬਾਰਡ ਬਾਰੇ ਦੱਸਿਆ ਦੇ ਹੈਡ ਥੌਟ ਥੈਟ ਕੌਣ ਥੌਟ ਸੋਚਦਾ ਹੀ ਨਰੇਟਰ ਸੋਚਦਾ ਹੀ ਦੇ ਹੈਡ ਥੌਟ ਥੈਟ ਵੰਡਰਿੰਗ ਸਿੰਗਰ ਹੈਡ ਡਿਸਅਪੀਅਰਡ ਆਫਟਰ ਕਿੰਗ ਆਥਰ ਰੌਂਡ ਟੇਬਲ ਐਂਡ कोर्ट जेस्टर्स ਕਹਿੰਦੇ ਕਿ ਉਹ ਸੋਚਦਾ ਹੀ ਕਿ ਜਿਸ ਤਰ੍ਹਾਂ ਕਿੰਗ ਆਥਰ ਦਾ ਰੌਂਡ ਟੇਬਲ ਉਲੋਪ ਹੋ ਗਿਆ ਔਰ ਕੋਰਟ ਜੈਸਟਰ ਉਲੋਪ ਹੋ ਗਏ ਨੇ ਉਸੇ ਤਰ੍ਹਾਂ ਜਿਹੜਾ ਬੋਪਾ ਬਾਰਾ ਉਹ ਵੀ ਉਲੋਪ ਹੋ ਗਏ ਨੇ they did not know that bopabard of rajasthan still existed existed ਮਤਲਬ ਹੋਂਦ ਵਿੱਚ ਕਹਿੰਦੇ ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਜਿਹੜੇ ਬੋਪਾ ਬਾੜ ਹੈ ਅੱਜ ਵੀ ਰਾਜਸਥਾਨ ਵਿੱਚ ਮੌਜੂਦ ਹਨ ਉਹਨਾਂ ਦੀ ਹੋਂਦ ਹੈਗੀ ਹੈ the sang of great did and great heroes ਉਹ ਮਤਲਬ ਉਹ ਜਿਹੜੇ ਨੇ ਬੋਪਾ ਬਾੜ ਹੈ ਉਹ ਮਹਾਨ ਕਰਮਾ ਤੇ ਮਹਾਨ ਨਾਇਕਾਂ ਦੇ ਗੀਤ ਗਾਉਂਦੇ ਨੇ ਸਾਡਾ ਸੈਕੰਡ ਕੁਐਸਚਨ ਹੈ ਕਹਿੰਦੇ ਨੇ ਕੀ ਹਾਊ ਡਿਡ ਦਾ ਸੋਰੀ ਹਾਊ ਡੂ ਦਾ ਬੋਪਾ ਰਿਲੇਟ ðiਰ ਟੇਲਸ ਕਹਿੰਦੇ ਕਿ ਬੋਪਾ ਨੇ ਉਹ ਆਪਣੇ ਕਹਾਣੀਆਂ ਨੂੰ ਕਿਵੇਂ ਰਿਲੇਟ ਕਰਦੇ ਨੇ ਕਿਵੇਂ ਜੋੜਦੇ ਨੇ ਆਹਡ ਆਨਸਰ ਕੀ ਹੈ ਦਾ ਬੋਪਾ ਰਿਲੇਟ ðiਰ ਟੇਲਸ ਬਾਏ ਸਿੰਗਿੰਗ ਓਨ ਅ ਵਾਇਲਨ ਲਾਈਕ 뮤지컬 ਇਨਸਟਰੂਮੈਂਟ ਕਾਲ ਦਾ ਰਾਣਾ ਹਟਾ ਕਹਿੰਦੇ ਕਿ ਜਿਹੜਾ ਬੋਪਾ ਰਾਣਾ ਹਟਾ ਨਾਮਕ ਵਾਇਲਨ ਵਰਗੇ ਸੰਗੀਤ ਸਾਜ਼ ਤੇ ਗਾ ਕੇ ਆਪਣੀਆਂ ਕਹਾਣੀਆਂ ਸੁਣਾਉਂਦੇ ਹਨ ਕਹਿੰਦੇ ਇਟ ਇਜ਼ ਸੰਗ ਅਗੇਂਸਟ ਦਾ ਬੈਕ ਡ੍ਰੌਪ ਆਫ ਪੇਂਟਿੰਗ ਸਕਰੀਨ ਕਹਿੰਦੇ ਕਿ ਜਿਹੜੇ ਮਤਲਬ ਉਹ ਜਿਹੜਾ ਬੋਪਾ ਬਾੜ ਹੈ ਉਹ ਪੇਂਟ ਕੀਤੀ ਸਕਰੀਨ ਦੇ ਅੱਗੇ ਗੰਦੇ ਹਨ ਤਾਂ ਪੇਂਟਿੰਗ ਸਕਰੀਨ ਗਿਵ ਸੀਨ ਦਾ ਸਟੋਰੀ ਫਰੋਮ ਦਾ ਲਾਈਫ ਆਫ ਗ੍ਰੇਟ ਹੀਰੋ ਆਫ ਰਾਜਸਥਾਨ ਪਾਸ ਕਹਿੰਦਾ ਕਿ ਜਿਹੜੇ ਪੇਂਟ ਕੀਤੀ ਹੋਈ ਸਕਰੀਨ ਹੈ ਉਹ ਰਾਜਸਥਾਨ ਦੇ ਅਤੀਤ ਦੇ ਮਹਾਨ ਨਾਇਕਾਂ ਦੇ ਜੀਵਨ ਦੇ ਦ੍ਰਿਸ਼ ਅਤੇ ਕਹਾਣੀਆਂ ਨੂੰ ਪੇਸ਼ ਕਰਦੇ ਨੇ ਦਾ ਬੋਪਾ ਸਿੰਘ ਸਿੰਘ ਐਂਡ ਸਟੈਪ ਹੀਜ਼ ਫੀਡ ਟੂ ਰਿੰਗ ਦਾ ਬੈਲ ਟ੍ਰਾਈ ਟੂ ਟਾਈ ਟੂ ਹਿਸ ਐਕਰ ਤੇ ਕਹਿੰਦਾ ਕਿ ਜਿਹੜੇ ਬੋਪਾ ਆਪਣੇ ਗਿੱਟਿਆਂ ਤੇ ਘੁੰਗਰੂ ਪਾਉਂਦੇ ਨੇ ਤੇ ਪੈਰਾਂ ਤੇ ਬੋਹਰ ਲਾਉਂਦੇ ਹਨ ਬੋਪੀ illuminate 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 the scene <coughs> from the screen and his daughter dance ایتھے ਵਿੱਚ ਜਿਹੜਾ illuminate ਹੈ illuminate ਮਤਲਬ ਕਿਹ ਚੀਜ਼ ਨੂੰ ਜੋੜਨਾ ਰੋਸ਼ਨੀ ਪਾਣੀ ਠੀਕ ਹੈ ਤੇ ਜਿਹੜੇ ਕਹਿੰਦੇ ਭੋਪੀ ਹੈ ਜਿਹੜੀ ਭੋਪਾ ਦੀ ਮਿਸ ਜ ਹੈ ਪਤਨੀ ਹੈ ਉਹ ਕੀ ਕਰਦੀ ਹੈ ਉਹ ਕਹਾਣੀ ਤੇ ਰੋਸ਼ਨੀ ਪਾਉਂਦੀ ਹੈ ਤੇ ਉਹਨਾਂ ਦੀ ਜਿਹੜੀ ਬੇਟੀ ਹੈ ਉਹ ਡਾਂਸ ਕਰਦੀ ਹੈ ਠੀਕ ਹੈ ਬੇਟਾ ਨੈਕਸਟ ਹੈ ਤੁਹਾਡਾ ਕੁਐਸਚਨ ਹੈ ਕਹਿੰਦੇ ਨੇ ਹਾਂਜੀ ਵਾਈ ਡੂ ਬੋਪਾ ਅਡੋਰ ਪਾਬੂ ਜੀ ਅਡੋਰ ਮਤਲਬ ਹੁੰਦਾ ਪਿਆਰ ਮਾਨ ਸਤਿਕਾਰ ਪਿਆਰ ਕਿਉਂ ਕਰਦੇ ਨੇ ਕਹਿੰਦਾ ਕਿ ਜਿਹੜਾ ਬੋਪਾ ਹੈ ਉਹ ਪਾਬੂ ਜੀ ਨੂੰ ਪਿਆਰ ਕਿਉਂ ਕਰਦੇ ਹਨ ਹਾ ਅਨਸਰ ਕੀ ਹੈ ਪਾਬੂ ਜੀ ਵਾਸ ਵੈਰੀਅਰ ਫਰਮ ਦਾ ਟੋਰ ਕਲੇਨ ਕਲੇਨ ਮਤਲਬ ਵੰਸ਼ ਕਹ ਲਓ ਕਬੀਲਾ ਕਹ ਲਓ ਕਲੇਨ ਆਫ ਰਾਜਸਥਾਨ ਕਹਿੰਦੇ ਕਿ ਪਾਬੂ ਜੀ ਰਾਜਸਥਾਨ ਦੇ ਰੋਠੌਰ ਕਬੀਲੇ ਦਾ ਇੱਕ ਯੋਧਾ ਸੀ ਦੇ ਵਰ ਨੋਨ ਫੋਰ ਹਿਸ ਆਨਰ ਬਰੇਵਰੀ ਔਰ ਸਿਵਲਰੀ ਠੀਕ ਹੈ ਲਵਰੀ ਐਂਡ ਡਿਊਟੀ ਸਿਲਵਰੀ ਮਤਲਬ ਸਿਲਵਰੀ ਦਾ ਮਤਲਬ ਹੈਗਾ ਕਿ ਵੀਰਤਾ ਬਹਾਦਰੀ ਤੇ ਡਿਊਟੀ ਹੋ ਗਿਆ ਕਰਤਵ ਠੀਕ ਹੈ ਕਹਿੰਦੇ ਨੇ ਕਿ ਉਹ ਆਪਣੇ ਜਿਹੜਾ ਹੈਗਾ ਮਾਨ ਬਹਾਦਰੀ ਤੇ ਕਰਤਵ ਲਈ ਜਾਣਿਆ ਜਾਂਦੇ ਨੇ ਤੇ ਵੈਨ ਹਿਸ ਮੈਰਿਜ ਵਾਸ ਬੀਇੰਗ ਪਰਫਾਰਮਡ ਤੇ ਜਦੋਂ ਉਹਦਾ ਵਿਆਹ ਹੋ ਰਿਹਾ ਸੀ ਪਾਬੂ ਜੀ ਦਾ ਵਿਆਹ ਹੋ ਰਿਹਾ ਸੀ ਹੀ ਲੈਫਟ ਹਿਸ ਮੈਰਿਜ ਇਨਕੰਪਲੀਟ ਟੂ ਸੇਵ ਦਾ ਕੈਟਲ ਆਫ ਐਨ 올ਡ woman from the the uh, the kite the kite matlab gunde daaku theek hai kende ki jadon oh apne marriage unna di ho rahe se no te apni marriage nu complete kite bina hi jadon unnu pata lagga ki ek old je buzurg aurta ode pashu daaku chura ne churaa lende te ohne ki kita bhaj pya unna da pisha karn wale te he save the woman cattle but die in the attempt te oh matlab unne uh, woman de cattle jehde ne pashu te bacha le par aap us koshish vich mare ਪਾਇਆ ਗਿਆ ਸੀਨ ਦੈਨ ਬੋਪਾ ਅਡੋਰ ਹਿਮ ਐਂਡ ਸਿੰਗ Song about his heroism ਤੇ ਕਹਿੰਦੇ ਕਿ ਇਸ ਕਰਕੇ ਜਿਹੜੇ ਬੋਪਾ ਲੋਕ ਨੇ ਉਹ ਕੀ ਕਰਦੇ ਨੇ ਉਹਨੂੰ ਬਾਬੂ ਜੀ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੇ ਬਹਾਦਰੀ ਦੇ ਗੀਤ ਗਾਉਂਦੇ ਨੇ ਨੈਕਸਟ ਹੈ ਕਹਿੰਦੇ ਨੇ ਕਿ ਵਾਈ ਡੂ ਰਦਾ ਰਠੋਰ ਮੇਕ ਓਨਲੀ ਫੋਰ ਅਰਾਊਂਡ ਆਫ ਦਾ ਫਾਇਰ ਇਨ देयर ਮੈਰਿਜ ਕਹਿੰਦੇ ਕਿ ਰਠੋਰ ਆਪਣੇ ਵਿਆਹ ਵਿੱਚ ਅਗਣੀ ਦੇ ਸਾਹਮਣੇ ਸਿਰਫ ਚਾਰ ਫੇਰੇ ਹੀ ਕਿਉਂ ਲੈਂਦੇ ਨੇ ਇਦੇ ਵਿੱਚ ਹਾਡ ਅਨਸਰ ਹੈ ਕਹਿੰਦੇ ਪਾਬੂ ਜੀ ਬਿਲੋਂਗ ਟੂ ਦਾ ਰਠੌਰ ਕਲੀਨ ਆਫ ਰਾਜਸਥਾਨ ਕਹਿੰਦੇ ਜਿਹੜਾ ਪਾਬੂ ਜੀ ਹੈ ਉਹ ਹੈਗੇ ਰਾਜਸਥਾਨ ਦੇ ਰਠੌਰ ਵੰਸ਼ ਨਾਲ ਸੰਬੰਧਿਤ ਹਨ ਵੈਨ ਹੀ ਹੈਡ ਟੇਕਨ ਓਨਲੀ 4 ਅਰਾਊਂਡ ਆਫ ਦਾ ਫਾਇਰ ਐਟ ਦਾ ਟਾਈਮ ਆਫ ਹਿਸ ਮੈਰਿਜ ਕਹਿੰਦੇ ਕਿ ਜਦ ਉਸਨੇ ਆਪਣੇ ਵਿਆਹ ਸਮੇਂ ਸਿਰਫ ਅਗਨੀ ਦੇ 4 ਫੇਰੇ ਹੀ ਲੇਤਾ he was informed that some the dacoit had taken the cattle of an old woman fir onu pata laga suchna mili ke kuj dakuane dacoit matlab daku kende ke kuj dakuane ek buzurg aurat de jide hi pashu chura le ne he left his marriage incomplete and give a hoard hoard chase ਟੂ ਦਾ ਡਕਾਈਟ ਕਹਿੰਦੇ ਕਿ ਉਹਨੇ ਆਪਣੀ ਜਿਹੜਾ ਵਿਆਹ ਅਧੂਰਾ ਹੀ ਛੱਡ ਦਿੱਤਾ ਤੇ ਡਾਕੂਆਂ ਦਾ ਪਿੱਛਾ ਕੀਤਾ ਤੇ ਜਿਨ੍ਹਾਂ ਪਿੱਛਾ ਕੀਤਾ ਹੀ ਗਟ ਬੈਕ ਦਾ ਕੈਟਲ ਬਟ ਹੀ ਵਾਸ ਕਿਲਡ ਇਨ ਦਾ ਇਨ ਅਟੈਂਪਟ ਇਨ ਦਾ ਅਟੈਂਪਟ ਕਹਿੰਦੇ ਕਿ ਉਹਨੇ ਬਜ਼ੁਰਗ ਔਰਤ ਹੀ ਜਿਹੜੀ ਉਹਦੇ ਪਸ਼ੂ ਤੇ ਬਚਾ ਲੇ ਪਰ ਇਸ ਕੋਸ਼ਿਸ਼ ਵਿੱਚ ਕੀ ਹੋਇਆ ਮਾਰਿਆ ਗਿਆ ਸਿਨਸ ਦੈਨ ਦਾ ਰਠੋੜ ਟੇਕ ਓਨਲੀ 4 ਰਾਉਂਡ ਆਫ ਦਾ ਫਾਇਰ ਇਨ ਦਾ ਇਨ देयर ਮੈਰਿਜ ਤੇ ਕਹਿੰਦੇ ਕਿ ਇਸ ਕਰਕੇ ਜਿਹੜੇ ਰਠੋਰ ਵੰਸ਼ ਵਾਲੇ ਨੇ ਉਹ ਹਮੇਸ਼ਾ ਅਗਨੀ ਦੇ ਸਿਰਫ 4 ਫੇਰੇ ਲੈਂਦੇ ਨੇ ਮਤਲਬ ਅਸਲ ਵਿੱਚ ਤੇ 7 ਫੇਰੇ ਵਿਆਹ ਦੇ ਸਮੇਂ ਲੈ ਜਾਂਦੇ ਨੇ ਪਰ ਜਿਹੜੇ ਰਠੋਰ ਆ ਉਹ ਬਸ ਬਾਬੂ ਜੀ ਦੇ ਪਿਆਰ ਦੇ ਕਰਕੇ ਬਲੀਦਾਨ ਦੇ ਕਰਕੇ ਸਿਰਫ 4 ਫੇਰੇ ਲੈਂਦੇ ਨੇ ਹਡਾ ਕੇ ਕੁਐਸਚਨ ਹੈ ਕਹਿੰਦੇ ਨੇ ਕਿ ਵਾਟ ਡਿਡ ਦਾ ਅਮਰੀਕਨ ਟੂਰਿਸਟ ਵਾਂਟ ਟੂ ਬਾਏ ਕਹਿੰਦੇ ਕਿ ਇੱਕ ਜਿਹੜਾ ਅਮਰੀਕਨ ਟੂਰਿਸਟ ਹੈ ਉਹ ਕੀ ਖਰੀਦਣਾ ਚਾਹੁੰਦਾ ਹੀ ਵਾਈ ਕੁਡ ਸ਼ੀ ਨੋ ਕੀ ਖਰੀਦਣਾ ਚਾਹੁੰਦੀ ਸੀ ਵਾਈ ਕੁਡ ਸ਼ੀ ਨਾਟ ਗਾਟ ਇਟ ਤੇ ਉਹਨੇ ਮਤਲਬ ਉਹ ਕਿਉਂ ਨਾ ਪ੍ਰਾਪਤ ਕਰ ਸਕੇ ਠੀਕ ਹੈ ਹਡ ਆਨਸਰ ਕੀ ਹੈ ਐਨ ਅਮਰੀਕਨ ਟੂਰਿਸਟ ਸਾਡ ਦਾ ਪਰਫਾਰਮੈਂਸ ਆਫ ਦਾ ਬੋਪਾਸ ਕਹਿੰਦੇ ਕਿ ਅਮਰੀਕੀ ਟੂਰਿਸਟ ਨੇ ਇੱਕ ਜਦੋਂ ਬੋਪਾ ਦੇ ਮਤਲਬ ਇੱਕ ਜਿਹੜਾ ਅਮਰੀਕਨ ਟੂਰਿਸਟ ਹੀ ਲੇਡੀ ਹੀ ਉਹਨੇ ਜਦੋਂ ਬੋਪਾ ਦੀ ਪਰਫਾਰਮੈਂਸ ਵੇਖੀ ਸ਼ੀ ਵਾਂਟਡ ਟੂ ਬਾਇ देयर ਇਲਸ ਇਲਲਸਟ੍ਰੇਟਿਡ ਮਤਲਬ ਇਲਲਸਟ੍ਰੇਟਿਡ ਪ੍ਰਤਮ ਬਿਸਾਰ ਸਕਰੀਨ ਟੂ ਯੂਜ਼ ਇਟ ਐਸ ਵਿਲ ਐਸ ਵਾਲ ਹੈਂਗਿੰਗ ਇਨ देयर ਹਾਊਸ ਇਨ ਅਮਰੀਕਾ ਤੇ ਕਹਿੰਦੇ ਕਿ ਉਹ ਇੱਕ ਜਿਹੜੇ ਹੀ ਇਲਸਟ੍ਰੇਟਿਡ ਇਲਸਟ੍ਰੇਟ ਮਤਲਬ ਇੱਕ ਮਿਸਾਲ ਦੇ ਵਜੋਂ ਉਹ ਜਿਹੜੀ ਸਕਰੀਨ ਖਰੀਦਣਾ ਚਾਹੁੰਦੀ ਤੇ ਆਪਣੇ ਘਰ ਜਾ ਕੇ ਅਮਰੀਕਾ ਦੀ ਬੋਲ ਤੇ ਲਗਾਉਣਾ ਚਾਹੁੰਦੀ ਥੀ ਦਨ ਨਰੇਟਰ ਟੋਲਡ 댓 ਟੂਰਿਸਟ 댓 ਦਾ ਬੋਪਸ ਰਿਲੇਟਿਡ ਟ੍ਰੀਟਿਡ ਇਟ ਐਜ਼ ਦਾ ਸੈਕਰਡ ਅਲਟਰ ਕਲੋਥ ਫਿਰ ਨਰੇਟਰ ਨੇ ਦੱਸਿਆ ਕਿ ਉਹ ਕੋਈ ਆਮ ਸਕਰੀਨ ਨਹੀਂ ਹੈਗੀ ਜਿਹੜੇ ਬੋਪਸ ਹੈ ਉਹ ਇਹ ਕੋਈ ਨੂੰ ਪਵਿੱਤਰ ਕਪੜਾ ਮੰਨਦੇ ਨੇ ਗੱਦੀ ਮੰਨਦੇ ਨੇ ਸੋ ਦੇ ਵੁੱਡ ਨੋਟ ਪਾਰਟ ਵਿਦ ਇਟ ਫੋਰ ਐਨੀ ਪੀਅਰ ਐਨੀ ਪ੍ਰਾਈਜ਼ ਕਹਿੰਦੇ ਕਿ ਉਹ ਕਿਸੇ ਵੀ ਹਾਲਤ ਵਿੱਚ ਉਹਨੂੰ ਨਹੀਂ ਦੇਣਗੇ ਸੋ ਦਾ ਟੂਰਿਸਟ ਕੁਡ ਨੋਟ ਬਾਇਟ ਤੇ ਇਸ ਕਰਕੇ ਜਿਹੜੇ ਟੂਰਿਸਟ ਲੇਡੀ ਹੀ ਉਹਨੇ ਅਮਰੀਕਨ ਲੇਡੀ ਹੀ ਉਹਨੇ ਉਹ ਨਾਕਰੀਦ ਸકી ਕੀ ਨਹੀਂ ਖਰੀਦ ਸકી ਸਕਰੀਨ ਜਿੰਨੂ ਕੀ ਮਤਗੱਦੀ ਵੀ ਕਿਹਾ ਜਾਂਦਾ ਹੈ ਠੀਕ ਹੈ ਬੇਟਾ ਸਾਡਾ ਜਿਹੜਾ ਲਾਸਟ ਕੁਐਸਚਨ ਹੈ ਉਹ ਹੈਗਾ ਕਹਿੰਦੇ ਕਿ ਵਟ ਹੈਜ਼ ਕਾਲਡ ਦਾ 700 ਈਅਰ 올ਡ ਹੈਰੀਟੇਜ ਆਫ ਬੋਪਾਸ ਕਹਿੰਦੇ ਕਿ ਜਿਹੜੇ ਬੋਪਾ ਦੀ 700 ਸਾਲ ਪੁਰਾਣੀ ਵਿਰਾਸਤ ਨੂੰ ਕੀ ਕਿਹਾ ਜਾਂਦਾ ਹੈ ਹਾਡ ਆਨਸਰ ਕੀ ਹੈ ਦਾ ਬੋਪਾਸ ਹੈਡ ਬੀਨ ਸਿੰਗਿੰਗ Song ਆਫ ਦਾ ਬਰੇਵਰੀ ਐਂਡ ਹੀਰੋਇਜ਼ਮ ਆਫ ਥੀਅਰ ਐਂਸੈਸਟਰ ਠੀਕ ਹੈ ਬਾਬੂ ਜੀ ਫੋਰ 700 ਇਅਰਸ ਇਨ ਹਿਸ ਡੈਥ ਕਹਿੰਦੇ ਕਿ ਬੋਪਾ ਲੋਕ ਆਪਣੇ ਪੂਰਵਜ ਜਿਹੜੇ ਨੇ ਠੀਕ ਹੈ ਐਂਸੈਸਟਰ ਮਤਲਬ ਦਾ ਪੂਰਵਜ ਆਪਣੇ ਪੂਰਵਜ ਜਿਹੜੇ ਨੇ ਉਹਨਾਂ ਪਬਜੀ ਦੀ ਮੌਤ ਤੋਂ 700 ਸਾਲ ਤੋਂ ਉਹਨਾਂ ਦੀ ਜਿਹੜੀ ਬਹਾਦਰੀ ਤੇ ਬਹਾਦਰੀ ਦੇ ਗੀਤ ਗਾਉਂਦੇ ਆ ਰਹੇ ਨੇ ਦੇ ਹੈਡ ਕੈਪਟ ਅ ਲਾਈਵ ਹਿਸ ਮੈਮਰੀ ਬਾਏ ਸਿੰਗਿੰਗ ਅਬਾਊਟ ਹਿਮ ਫਰਮ ਜਨਰੇਸ਼ਨ ਟੂ ਜਨਰੇਸ਼ਨ ਕਹਿੰਦੇ ਕਿ ਉਹਨਾਂ ਨੇ ਪੀੜੀ ਦਰ ਪੀੜੀ ਉਸ ਬਾਰੇ ਗਾ ਕੇ ਉਸ ਦੀ ਯਾਦ ਨੂੰ ਆਪਣੇ ਮਤਲਬ ਜਿੰਦਾ ਰੱਖਿਆ ਆਪਣੀ ਪੀੜ੍ਹੀਆਂ ਤੱਕ ਵੀ ਜਿੰਦਾ ਰੱਖਿਆ ਦੇ ਹੈਡ ਆਲਸੋ ਪਰਫਾਰਮਡ ਸੀਨ ਫਰੋਮ ਹਿਜ ਲਾਈਫ ਤੇ ਕਹਿੰਦੇ ਕਿ ਉਹ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਦ੍ਰਿਸ਼ ਵੀ ਪੇਸ਼ ਕਰਦੇ ਨੇ ਦਾ ਸਕਰੀਨ ਦੇ ਯੂਜ਼ ਐਟ ਦਾ ਟਾਈਮ ਆਫ ਦੀ ਪਰਫਾਰਮੈਂਸ ਇਲਸਟ੍ਰੇਟਿਡ ਹਿਸ ਹੈਰੀਟੇਜ ਕਹਿੰਦੇ ਕਿ ਉਹ ਜਿਹੜੋ ਪ੍ਰਦਰਸ਼ਨ ਕਰਦੇ ਨੇ ਤੇ ਜਿਹੜੀ ਸਕਰੀਨ ਵਰਤੇ ਵਰਤਦੇ ਹਨ ਉਹ ਇਸ ਵਿਰਾਸਤ ਨੂੰ ਦਰਸਾਉਂਦੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਜਿਹੜੇ ਸਾਡੇ ਕੁਐਸਚਨ ਹੈ ਇਸ ਲੈਸਨ ਦੇ ਉਹ ਕੰਪਲੀਟ ਹੋ ਗਏ ਨੇ ਤੇ ਨੈਕਸਟ ਵੀਡੀਓ 'ਚ ਇਹ ਬਹੁਤ ਹੀ ਇੰਪੋਰਟੈਂਟ ਲੌਂਗ ਕੁਐਸਚਨ ਕਰਾਂਗੇ ਬੇਟਾ ਨਾਲ-ਨਾਲ ਕਰਦੇ ਜਾਓ ਤੇ ਤੁਹਾਡੇ ਮਈ 7 ਨੂੰ ਪੇਪਰ ਹੈਗੇ ਨੇ ਨੈਕਸਟ ਵੀਡੀਓ 'ਚ ਮਿਲਦੇ